एनकाउंटर गुरदासपुर से भोपाल सिंह की रिपोर्ट। एक फाइनेंसर का कत्ल कर लाश खेतों में फेंके जाने का मामला सामने आया है। बताया जा रहा है कि मृतक एक्स सर्विसमैन था और कस्बा भैनी मियाँ खां में रहने वाला था। वह फाइनेंस का काम करता था। पुलिस ने तीन के खिलाफ मामला दर्ज कर मृतक की लाश को पोस्टमार्टम के लिए अस्पताल भेज दिया है। ये सिंह है, सन ऑफ कपूर चंद डोगरा वासी बेरी थाना बेरी पिंड ਤੇ ਥਾਣਾ ਪੈਂਦਾ ਕਾਨੂੰਵਾਲ, ਉੱਥੋਂ ਦਾ ਰਹਿਣ ਵਾਲਾ। ਇਹ ਐਕਸ ਸਰਵਿਸਮੈਨ ਸੀਗਾ, ਰਿਟਾਇਰ ਹੋ ਗਿਆ ਆਰਮੀ 'ਚੋਂ ਅਤੇ ਫਾਈਨਾਂਸ ਦਾ ਕੰਮ ਕਰਦਾ ਥੋੜ੍ਹਾ ਜਿਹਾ ਉੱਥੇ ਏਰੀਏ 'ਚ। ਅਤੇ ਇਹ ਬੰਦਾ ਸੀਗਾ ਬਲਜੀਤ ਸਿੰਘ, ਇਹਦੀ ਦੁਕਾਨ ਕਰਦਾ ਏ, ਇਹ ਪਿੰਡ ਕਾ ਪੈਣੀ ਮੀਰਵਾਂ ਦਾ ਰਹਿਣ ਵਾਲਾ ਏ। ਇਹਨੇ ਕੁੱਤੀ ਦੋ ਤਿੰਨ ਵਾਰੀਆਂ 'ਚ ਕਰਕੇ 35-40 ਹਜ਼ਾਰ ਰੁਪਇਆ ਰੁਪਇਆ ਜੀ ਲਿਆ ਸੀਗਾ। ਕੁਛ ਪੈਸੇ ਮੋੜ ਤੇ 18-20 ਹਜ਼ਾਰ ਰੁਪਏ ਦਾ ਰੌਲਾ ਸੀ ਇਹਨਾਂ ਦਾ 'ਚ ਦੇਣ ਵਾਲਾ। ਉਹ ਇਹਨਾਂ ਨੇ 2-2 ਹਜ਼ਾਰ ਦੀਆਂ ਕਿਸ਼ਤਾਂ ਕੀਤੀਆਂ ਸੀਗੀਆਂ। ਇਹ ਕਿਤੇ ਇਹਨਾਂ ਗੱਲ ਹੋਈ ਵੀ ਸੀ ਵੀ ਆ ਕੇ ਕਿਸ਼ਤ ਲੈ ਜਾਓ, ਇਹ ਆਏ ਆ, ਉਹਨੇ ਕਿਹਾ ਮੇਰੇ ਕੋਲ ਵਜੇ ਤੇਰੇ ਪੈਸੇ ਬਣੇ ਨਹੀਂ ਗਏ, ਜਾਂ ਇਹ ਵਾਰ ਵਾਰ ਉਹਨੂੰ ਕਿਸ ਪਰੇਸ਼ਾਨ ਪੈਸੇ ਲੈਣ ਦੇਣ ਤੋਂ ਕਰਦੇ ਸੀ। ਉੱਥੇ ਇਹਨਾਂ ਦਾ ਦੀ ਗੱਲਬਾਤ ਥੋੜ੍ਹੀ ਜਿਹੀ ਉੱਥੇ ਉਹਦੀ ਦੁਕਾਨ 'ਤੇ ਹੋਈ ਹੈ। ਉੱਥੇ ਇਹਦੇ ਦੋ ਜਿਹੜੇ ਦੋਸਤ ਇਹਦੇ ਹੋਰ ਬੈਠੇ ਸੀ, ਰਜਿੰਦਰਪਾਲ ਅਤੇ ਛਿੰਦਰ, ਰੋਜ਼ਾ ਰੋਜ਼ਾ ਵੱਜਦਾ ਮੁੰਡਾ। ਇਹਨਾਂ ਦੋਵਾਂ ਨੇ ਕੋਈ ਸ਼ਾਇਦ ਡਰਿੰਕ ਡਰਿੰਕ ਵੀ ਪਹਿਲਾਂ ਕੀਤੀ ਹੋਈ ਸੀਗੀ। ਇਹਨਾਂ ਨੇ ਉਹ ਜਦੋਂ ਵੇਖਿਆ ਵੀ ਇਹਨਾਂ ਦਾ ਝਗੜਾ ਝੁਗੜਾ ਪਿਆ ਆ, ਇਹਨਾਂ ਨੇ ਉਹਦੇ ਨਾਲ ਬਲਜੀਤ ਨਾਲ ਰਲ ਕੇ ਅਤੇ ਉਹਨੂੰ ਕਹਿ ਤਾ ਵੀ ਚੱਲ ਤੈਨੂੰ ਨਾ ਪੈਸੇ ਉੱਥੋਂ ਦਵਾ ਦੇਣੇ ਕਿਸੇ ਤੋਂ, ਅਤੇ ਇਹਨਾਂ ਨੂੰ ਉੱਧਰ ਪੱਲੇ ਪਾਸੇ ਦੋ ਵਾਲੇ ਪਾਸੇ ਏਰੀਏ 'ਚ ਲੈ ਗਏ ਜਿੱਧਰ ਕਮਾਦ ਕਮੂਦ ਬੜਾ ਸੀਗਾ। ਅਤੇ ਉੱਥੇ ਇਹ ਜਿਹੜਾ ਬਲਜੀਤ ਆ, ਇਹਦੇ ਕੋਲ ਰੌਡ ਸੀਗੀ, ਇਹਨੇ ਉਹਦੇ ਸਿਰ 'ਚ 2-3 ਰੋਡਾਂ ਮਾਰ ਕੇ ਅਤੇ ਉਹਨੂੰ ਜਿਹੜਾ ਮਜਰੂਬ ਕਰਤਾ, ਜਿਹਦੀ ਕਿ ਉੱਥੇ ਬਾਅਦ 'ਚ ਡੈਥ ਹੋ ਗਈ। ਅਤੇ ਇਹਨਾਂ ਨੂੰ ਅਸੀਂ ਪਰਚਾ ਜਿਹੜਾ FIR 71 ਅੰਡਰ ਸੈਕਸ਼ਨ 302-34 ਜਿਹੜੀ ਆ ਥਾਣਾ ਪੁਰਾਣੇ ਛੱਲੇ ਦਰਜ ਕਰ ਦਿੱਤੀ ਆ। ਅਤੇ ਦੋਸ਼ੀ ਤਿੰਨ ਬੰਦਿਆਂ ਦੇ ਖਿਲਾਫ ਦਰਜ ਕੀਤਾ ਜੀ, ਬਲਜੀਤ ਸਿੰਘ, ਰਜਿੰਦਰਪਾਲ ਅਤੇ ਛਿੰਦਰ। ਬਸ ਬੰਦੇ ਫੜ ਰਹੇ ਜੀ, ਫਟਾਫਟ ਰੇਡ ਰੂਡ ਪਾਰਟੀਆਂ ਭੇਜੀਆਂ ਹੋਈਆਂ, ਮੋਸਟ ਪ੍ਰੋਬੇਬਲੀ ਸ਼ਾਮ ਤੱਕ ਆ ਜਾਣਗੇ ਸਾਡੀ ਰੇਂਜ 'ਚ। ਤੁਹਾਨੂੰ ਪਤਾ ਹੈ ਜਦੋਂ ਬੰਦਾ ਮਾੜਾ ਕੰਮ ਕਰਦਾ ਨਸਲ ਦੀ ਕੋਸ਼ਿਸ਼ ਕਰਦਾ ਹੀ ਆ। ਭੈਣੀ ਮੀਲਵਾਂ ਦਾ ਬਲਜੀਤ ਸਿੰਘ ਨਾਂ ਦਾ ਬਿੱਲਾ ਬਿੱਲਾ ਕਹਿੰਦੇ ਹਨ, ਹਲਵਾਈ ਦੁਕਾਨ ਸੈਦੋਵਾਲੇ 'ਚ, ਉਸ ਕਰਕੇ ਗਿਆ ਸੀ ਸਾਡੇ ਕੋਲ, ਰੁਪਇਆ 20 ਹਜ਼ਾਰ ਲੈ ਗਿਆ ਪਹਿਲਾਂ। ਉਹਦੇ ਬਾਅਦ 'ਚ ਕਹਿੰਦਾ ਵੀ ਮੇਰੀ ਕੁੜੀ ਨਾ ਯਾਰ ਖਾ ਲੈਂਦਾ ਰੁਪਇਆ, ਮੈਨੂੰ 5 ਹਜ਼ਾਰ ਹੋਰ ਦਿਓ। ਫਿਰ ਲੈ ਗਿਆ, ਫਿਰ ਉਹ ਪੈਸੇ ਨਹੀਂ, ਉਹਦਾ 4 ਮਹੀਨਾ ਕਰਾਰ ਕਹਿੰਦਾ ਪੈਸੇ ਨਹੀਂ ਉਹਦੇ ਆਉਂਦੇ। ਉਹਦੇ ਬਾਅਦ ਅਸੀਂ ਦੋਵੇਂ ਗਏ ਹਾਂ, ਮੈਂ ਤੇ ਭਾਜੀ ਦੋਵੇਂ ਗਏ ਹਾਂ ਉੱਥੇ, ਤੇ ਉਹ ਕਹਿੰਦਾ ਮੈਂ ਦੇ ਦੇਣਾ। ਫਿਰ ਥੋੜ੍ਹੇ ਦਿਨਾਂ ਬਾਅਦ ਥੋੜ੍ਹੇ ਪੈਸੇ ਦਿੱਤੇ ਵੀ ਆ ਉਹਨੇ। ਉਹਦੇ ਬਾਅਦ 'ਚ ਹੁਣ ਲਾਰ ਲੱਪੇ ਲਾਈ ਜਾਣ ਰਹੇ ਅਸੀਂ, ਗਾਹ ਦੇ ਦੇਣਾ ਗਾਹ ਦੇਣਾ। ਪਰਸੋਂ ਮੈਂ ਉਹਨੂੰ ਮਿਲ ਕੇ ਗਿਆ ਅੱਜ ਪਰਸੋਂ, ਤਾਂ ਮੈਨੂੰ ਕਹਿੰਦੇ ਵੀ ਉਹਦਾ ਫੋਨ ਆਉਣ ਡਿਆ ਵੀ ਪੈਸੇ ਲੈ ਜਾਓ ਆਣ ਕੇ। ਉਹਦੇ ਬਾਅਦ ਮੈਂ ਕਿਹਾ ਤੁਸੀਂ ਨਾ ਜਾਓ, ਬੱਸੇ ਮੰਗਵਾ ਲਓ, ਬੱਸਾਂ ਚੱਲਦੀਆਂ ਰਹਿੰਦੀਆਂ ਭੈਣੀ ਤੋਂ। 2 ਵਜੇ ਆਣ ਕੇ ਦਫ਼ਤਰ ਖੋਲਿਆ, 3 ਵਜੇ ਫਿਰ ਉਹਦਾ ਫੋਨ ਆ ਗਿਆ ਵੀ ਪੈਸੇ ਲੈ ਜਾਓ ਆਣ ਕੇ। 3 ਵਜੇ ਫਿਰ ਉੱਥੇ ਗਿਆ, ਉਹਦੇ ਬਾਅਦ ਉਹਦਾ ਲਾਪਤਾ, ਸਾਨੂੰ ਮਿਲਿਆ ਨਹੀਂ ਆ। ਉਹਦੇ ਬਾਅਦ ਮੈਨੂੰ ਫੋਨ ਚੱਲ ਗਿਆ ਜੰਮੂ, ਮੈਂ ਉਦੋਂ 2:30 ਵਜੇ ਚੱਲਿਆ ਜੀ। 3 ਵਜੇ ਮੈਨੂੰ ਰਸਤੇ 'ਚ ਪਤਾ ਚੱਲ ਗਿਆ ਵੀ ਇੱਦਾਂ ਦਾ ਮਿਲ ਗਈ, ਡੈਡ ਬਾਡੀ ਮਿਲ ਗਈ ਉਹਦੀ। ਰਾਤ ਉਹਨਾਂ 5-6 ਵਜੇ ਕਰਤਾ ਮੇਰਾ ਖਿਆਲ, ਕਿਉਂਕਿ 4:30-5 ਵਜੇ 5 ਵਜੇ ਦਫ਼ਤਰ ਬੰਦ ਕਰਕੇ ਚੱਲ ਜਾਂਦੇ ਆਪਾਂ। ਉਹ ਜਦੋਂ ਉੱਥੇ ਪੁੱਜਾ ਉਹਨਾਂ ਪਹਿਲਾਂ ਪਲਾਨਿੰਗ ਬਣਾਈ ਸੀ, ਉਹ ਕਿਤੇ ਲੈ ਕੇ ਚੱਲ ਗਏ ਰੁਪਇਆ 20 ਹਜ਼ਾਰ ਪਹਿਲਾਂ ਖੜਾ ਸੀ ਨਾ ਆਰਸੀ 'ਤੇ, 5 ਹਜ਼ਾਰ ਰੁਪਇਆ ਫਿਰ ਲੈ ਕੇ ਗਿਆ ਸੀ, ਥੋੜ੍ਹੇ ਪੈਸੇ ਦਿੱਤੇ ਰੁਪਇਆ।